ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਇੱਕ ਵਾਰੀ ਫਿਰ ਅਸੀਂ ਹਾਜ਼ਰ ਹਾਂ, ਸਾਡੇ ਨਾਲ ਮੈਡਮ ਵੀਨਾ ਗੋਇਲ ਨੇ ਜਿਹੜੇ ਕਿ ਨੈਵੀਗੇਟਰਸ ਓਵਰਸੀਜ਼ ਸੋਲਿਊਸ਼ਨਸ ਪ੍ਰਾਈਵੇਟ ਲਿਮਿਟਡ ਨੂੰ ਰਿਪ੍ਰਜੈਂਟ ਕਰਦੇ ਨੇ, ਮੰਨੇ ਪ੍ਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਔਰ 26-27 ਸਾਲ ਤੋਂ ਸਟੂਡੈਂਟਸ ਨੂੰ ਗਾਈਡ ਕਰ ਰਹੇ ਨੇ। ਸਭ ਤੋਂ ਪਹਿਲਾਂ ਵੀਨਾ ਮੈਮ ਦਾ ਸਵਾਗਤ ਵੀ ਕਰਾਂਗੇ ਔਰ ਇੱਕ ਵੱਡਾ ਅਪਡੇਟ UK ਤੋਂ ਆਇਆ। ਮੈਂ ਚਾਹੂੰਗਾ ਵੀਨਾ ਮੈਮ, ਜਿਹੜਾ ਨਵਾਂ ਅਪਡੇਟ ਆਇਆ ਪੋਸਟ ਸਟੱਡੀ ਵਰਕ ਪਰਮਿਟ 'ਤੇ UK ਤੋਂ, ਉਹਨੂੰ ਤੁਸੀਂ ਸਮਝਾਓ ਕਿ ਉਹਦਾ ਮਤਲਬ ਕੀ ਸਮਝਿਆ ਜਾਵੇ। ਨਮਸਕਾਰ ਜੀ। ਇੱਕ ਤਾਂ ਜਿਹੜਾ ਤੁਸੀਂ ਅਪਡੇਟ ਦੇਣ ਵਾਸਤੇ ਕਿਹਾ, UK ਦਾ ਇੱਦਾਂ ਸੀਗਾ ਉਮੀਦ ਕਿ ਸੈਪਟੰਬਰ ਦੇ ਬਾਅਦ ਜਿਹੜਾ ਗ੍ਰੈਜੂਏਟ ਰੂਟ ਹੈ ਜਿਹੜਾ ਵਰਕ ਪਰਮਿਟ ਦਾ, ਉਹ ਸ਼ਾਇਦ ਕਲੋਜ਼ ਹੋ ਜਾਏਗਾ ਜਾਂ ਇਸੈਂਸ਼ੀਅਲ ਕੁਛ ਸਟੱਡੀਜ਼ ਹੈ ਜਿਹਦੇ ਵਿੱਚ ਉਹ ਕਦੇਣਗੇ। ਬਟ ਜਸਟ ਹੁਣੇ ਹੁਣੇ ਇਹ ਅਪਡੇਟ ਆਇਆ ਵਿਦ ਇਨ ਫਿਊ ਮਿਨਟਸ ਕਿ ਇਹ ਜਿਹੜਾ ਗ੍ਰੈਜੂਏਟ ਰੂਟ ਹੈ ਇਹ ਬਿਲਕੁਲ ਓਪਨ ਰਹੇਗਾ, ਇਹ ਕੋਈ ਬੰਦ ਨਹੀਂ ਹੋਏਗਾ 2 ਈਅਰਸ ਦਾ ਪੋਸਟ ਸਟੱਡੀ ਵਰਕ ਪਰਮਿਟ। ਅਤੇ ਇਹ ਸਟੂਡੈਂਟਸ ਵਾਸਤੇ ਇੱਕ ਅੱਛੀ ਖਬਰ ਹੈ ਕਿਉਂਕਿ ਉੱਥੇ UK ਦੇ ਵਿੱਚ 1 ਈਅਰ ਦੀ ਮਾਸਟਰ ਜਾਂ 1 ਈਅਰ ਦੀ ਮਾਸਟਰ ਬਾਈ ਰਿਸਰਚ ਦੇ ਨਾਲ ਜਿਹੜਾ ਤੁਸੀਂ 2 ਈਅਰ ਦਾ ਪੋਸਟ ਸਟੱਡੀ ਵਰਕ ਪਰਮਿਟ ਲੈ ਸਕਦੇ ਹੋ। ਸਭ ਤੋਂ ਸਸਤੀ ਪੜ੍ਹਾਈ ਹੈ ਸੁਰਿੰਦਰ ਜੀ, ਕੁਆਲਿਟੀ ਐਵਰੇਜ ਯੂਨੀਵਰਸਿਟੀ ਦੀ ਜੇ ਮੈਂ ਗੱਲ ਕਰਾਂ 10-11 ਲੱਖ 'ਚ ਬੱਚੇ ਨੂੰ ਮਾਸਟਰਸ ਮਿਲ ਜਾਂਦੀ ਹੈ, ਠੀਕ ਹੈ। ਸਪਾਊਸ ਜਿਹੜਾ ਮਾਸਟਰ ਬਾਈ ਰਿਸਰਚ ਵਿੱਚ ਨਾਲ ਜਾ ਸਕਦਾ ਉੱਥੇ 15 ਲੱਖ ਦੀ ਪੈਂਦੀ ਹੈ। ਮਾਸਟਰ ਬਾਈ ਰਿਸਰਚ ਦਾ ਮੈਂ ਦੱਸ ਦਿੰਦੀ ਹਾਂ, ਇੰਗਲਿਸ਼ ਦੇ ਐਟਲੀਸਟ 60% ਹੋਣ ਜਿਹੜੇ ਤੁਹਾਡੇ 60-65 ਚ ਹੋਣ ਪਲੱਸ 2 ਵਿੱਚ, ਅਤੇ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਵਿਦਆਊਟ ਆਇਲਟਸ ਵੀ ਜਾ ਸਕਦੇ ਹੈ ਜਾਂ ਆਇਲਟਸ 6.5 ਤੋਂ ਕੀਤੀ ਹੋਏ ਉਹ ਵੀ ਅੱਛਾ ਹੈ। ਕੌਣ ਕੌਣ ਜਾ ਸਕਦੇ ਆ ਗ੍ਰੈਜੂਏਟ ਦੇ ਵਿੱਚ ਜਿਹੜੇ ਮਾਸਟਰ ਬਾਈ ਰਿਸਰਚ ਵਿੱਚ, ਜਿਨ੍ਹਾਂ ਨੇ ਕੋਈ ਹੈਲਥ ਪ੍ਰੋਗਰਾਮ ਦੇ ਰਿਲੇਟਿਡ ਕੀਤਾ ਹੈ ਜਾਂ 4-5 ਸਾਲ ਦਾ ਕੋਈ ਸਪੋਰਟਸ ਵਾਸਤੇ ਕੰਮ ਕੀਤਾ ਜਾਂ ਸਪੋਰਟਸ 'ਚ ਪੜ੍ਹਾਈ ਕੀਤੀ, ਮੀਨਸ ਬੇਸਿਕਲੀ ਹੈਲਥ ਸਾਇੰਸ ਤੋਂ ਰਿਲੇਟਿਡ ਜਿਹਨੇ ਕੁਛ ਵੀ ਕੀਤਾ ਉਹ ਮਾਸਟਰ ਬਾਈ ਰਿਸਰਚ ਵਿੱਚ ਜਾ ਸਕਦਾ। ਮਾਸਟਰ ਬਾਈ ਰਿਸਰਚ ਜਸਟ 1 ਈਅਰ ਦਾ ਪ੍ਰੋਗਰਾਮ ਹੈ, 2 ਈਅਰ ਦਾ ਸਟੱਡੀ ਪੋਸਟ ਸਟੱਡੀ ਵਰਕ ਪਰਮਿਟ ਹੈ, ਸਪਾਊਸ ਨਾਲ ਜਾ ਸਕਦਾ। ਔਰ ਜਿਹੜਾ ਸਾਡੇ ਗ੍ਰੈਜੂਏਟ ਰੂਟ ਹੈ ਉਹ ਬੰਦ ਨਹੀਂ ਹੋ ਰਿਹਾ। ਹਾਂਜੀ, ਨਰਸਿੰਗ ਦੇ ਸਟੂਡੈਂਟਸ ਵੀ ਸਾਡੇ ਜਾ ਸਕਦੇ ਹਨ। BSc ਨਰਸਿੰਗ ਕੀਤੀ ਹੋਏ, BSc ਮੈਡੀਕਲ ਕੀਤੀ ਹੋਏ ਜਾਂ ਕੋਈ ਸਪੋਰਟਸ ਦੇ ਰਿਲੇਟਡ ਕੋਈ ਵੀ ਕੋਰਸ ਕੀਤਾ ਹੋਏ, ਮਤਲਬ ਕਿਸੇ ਵੀ ਕਿਸਮ ਦਾ ਜਿਨ੍ਹਾਂ ਦੇ ਕੋਲ ਬਾਇਓ ਹੈ ਜਾਂ ਹੈਲਥ ਸਾਇੰਸ ਤੋਂ ਰਿਲੇਟਡ ਕੋਈ ਹੈ ਜਾਂ ਕੁਛ ਵੀ ਨਹੀਂ ਹੈ, 4-5 ਸਾਲ ਕੋਈ ਸਪੋਰਟਸ ਅਕੈਡਮੀ ਵਿੱਚ ਵਗੈਰਾ ਜਿਨ੍ਹਾਂ ਨੇ ਲਗਾਏ ਹੋਏ ਆ ਉਹ ਇਹ ਕੋਰਸ ਕਰ ਸਕਦੇ ਆ, ਚਾਹੇ BA ਆਰਟਸ ਵੀ ਹੈ ਅਤੇ ਆਇਲਟਸ ਜ਼ਰੂਰ ਕੀਤੀ ਹੋਏ, ਸਪੋਰਟਸ ਅਕੈਡਮੀ ਟਾਈਪ ਦੇ ਕਿਸੇ ਵੀ ਜਗ੍ਹਾ 4-5 ਸਾਲ ਦਾ ਕੀਤਾ ਹੋਇਆ। ਬਿਲਕੁਲ ਠੀਕ ਹੈ। ਸੋ ਅਗਰ ਐਕਸਪੀਰੀਅੰਸ ਵੀ ਹੈ 4-5 ਸਾਲ ਦਾ, ਕਿਸੇ ਨੇ ਸਿੰਪਲ ਗ੍ਰੈਜੂਏਸ਼ਨ ਕੀਤੀ ਹੈ ਔਰ ਉਸ ਤੋਂ ਬਾਅਦ ਉਹਨਾਂ ਕੋਲ ਐਕਸਪੀਰੀਅੰਸ ਹੈ ਗ੍ਰੈਜੂਏਸ਼ਨ ਤੋਂ ਬਾਅਦ, ਉਹ ਵੀ ਮਾਸਟਰ ਬਾਈ ਰਿਸਰਚ ਪ੍ਰੋਗਰਾਮ ਦੇ ਵਿੱਚ ਜਾ ਸਕਦੇ ਨੇ। ਸੋ ਇਹ ਬਹੁਤ ਅੱਛੀ ਆਪਸ਼ਨ ਤੁਸੀਂ ਦੱਸੀ ਔਰ ਖੁਸ਼ਖਬਰੀ ਵੀ ਹੈ ਕਿਉਂਕਿ ਇਹ ਰਿਊਮਰ ਸੀਗੇ, ਚਰਚਾਵਾਂ ਸੀ ਕਿ UK ਦੇ ਵਿੱਚ ਜਿਹੜਾ ਪੋਸਟ ਸਟੱਡੀ ਵਰਕ ਵੀਜ਼ਾ ਹੈ ਉਹ ਬੰਦ ਹੋ ਸਕਦਾ ਹੈ। ਬਹੁਤ ਵੱਡੀ ਪੱਧਰ ਦੇ ਉੱਤੇ ਸਾਡੇ ਜਿਹੜੇ ਵਿਦਿਆਰਥੀ ਨੇ ਗ੍ਰੈਜੂਏਸ਼ਨ ਵਾਲੇ ਉਹ ਚਿੰਤਤ ਸੀ। ਵੀਨਾ ਮੈਮ, ਅਗਰ ਹੁਣ ਵੀ ਸਟੂਡੈਂਟ ਜਾਣਾ ਚਾਹੁਣ ਗ੍ਰੈਜੂਏਸ਼ਨ ਤੋਂ ਬਾਅਦ ਤੇ ਕਿਹੜੇ ਕਿਹੜੇ ਇਨਟੇਕਸ ਨੇ UK ਦੇ ਵਿੱਚ ਤੁਹਾਡੇ ਕੋਲੇ? ਬਹੁਤ ਸੋਹਣੇ ਉਹਦੇ ਵਿੱਚ ਬੈਠੇ ਹਾਂ, ਸੈਪਟੈਂਬਰ ਇਨਟੇਕ ਚੱਲ ਰਿਹਾ ਔਰ ਸੈਪਟੈਂਬਰ 'ਚ ਬੱਚੇ ਜਾ ਸਕਦੇ, ਕੋਈ ਵੀ ਬੱਚਾ ਜਾ ਸਕਦਾ। ਬਿਲਕੁਲ ਠੀਕ ਹੈ। ਸੋ ਸੈਪਟੈਂਬਰ ਇਨਟੇਕ ਦੇ ਵਿੱਚ ਤੁਸੀਂ ਮਾਸਟਰਸ ਬਾਈ ਰਿਸਰਚ ਜਾ ਸਕਦੇ ਹੋ ਸਾਰੇ ਸਟੂਡੈਂਟਸ। ਔਰ ਜਿਹੜੇ ਸਾਡੇ ਨਵੇਂ ਵਿਦਿਆਰਥੀ ਨੇ ਵੀਨਾ ਮੈਮ, ਜਿਨ੍ਹਾਂ ਨੇ 10+2 ਦੇ ਹੁਣੀ ਰਿਜ਼ਲਟ ਆਏ ਨੇ, ਕੱਲ੍ਹ CBSE ਦਾ ਰਿਜ਼ਲਟ ਆਇਆ, ਇਹ ਸਟੂਡੈਂਟਸ ਆਪਣਾ ਕੀ ਟਾਰਗੇਟ ਰੱਖਣ ਆਇਲਟਸ ਦੇ ਵਿੱਚ ਜਾਂ PT ਦੇ ਵਿੱਚ, ਤਾਂ ਕਿ ਅਗਰ ਇਹ UK ਜਾਣਾ ਚਾਹੁੰਦੇ ਨੇ ਤੇ 10+2 ਵਾਲਿਆਂ ਲਈ, ਫਰੈਸ਼ ਸਟੂਡੈਂਟਸ ਲਈ ਕਿੱਦਾਂ ਦੀਆਂ ਆਪਸ਼ਨਸ?
10 ਪਲੱਸ 2 ਜਿਹੜੇ ਫਰੈਸ਼ ਸਟੂਡੈਂਟਸ ਹੈ ਤੇ ਉਹ ਜਾ ਸਕਦੇ ਹੈ। ਹੁਣ ਕਿਹੜੀ ਕੰਟਰੀ ਜਾਣਾ ਸਭ ਤੋਂ ਪਹਿਲੇ, ਹੈ ਨਾ, ਕੰਟਰੀ ਆਪਣੀ ਚੁਆਇਸ ਹੋਏਗੀ। ਹੁਣ ਕੰਟਰੀ ਕਿਸ ਦੇ ਉੱਪਰ ਬਣੇਗੀ ਕਿ ਇਹਨਾਂ ਦਾ ਆਪਣਾ ਫਾਈਨੈਂਸ਼ੀਅਲ ਬਜਟ ਕੀ ਹੈ। ਹੁਣ ਫਾਈਨੈਂਸ਼ੀਅਲ ਬਜਟ ਦੇ ਨਾਲ ਮੰਨ ਲਓ ਆਸਟ੍ਰੇਲੀਆ ਜਾਣਾ ਚਾਹੁੰਦੇ, ਤੁਸੀਂ ਹੈਰਾਨ ਹੋ ਗਏ ਅੱਜ ਸਾਡਾ ਜਿਹੜਾ ਵੀਜ਼ਾ ਹੁਣ ਆਇਆ, ਪਿਛਲੇ 2-3 ਦਿਨ 'ਚ ਰੋਜ਼ ਵੀਜ਼ੇ ਆ ਰਹੇ ਔਰ ਵਧੀਆ ਵੀਜ਼ੇ ਆ ਰਹੇ ਆ। ਆਰਟਸ ਦਾ ਬੱਚਾ, ਪੰਜਾਬ ਬੋਰਡ ਦਾ ਬੱਚਾ ਜਿਹੜਾ, ਮੈਂ ਬਿਲਕੁਲ ਤੁਹਾਨੂੰ ਮਨਾ ਕਰਦੀ ਹਾਂ, ਹੈ ਨਾ, 2 ਮਹੀਨੇ ਪਹਿਲੇ ਫਾਈਲ ਤੁੱਕੇ ਜੀ ਪਾਈ ਸੀਗੀ ਔਰ ਬੱਚੇ ਦਾ ਵੀਜ਼ਾ ਆ ਗਿਆ। ਕੋਈ ਬੜਾ ਸਟਰੋਂਗ ਪ੍ਰੋਫਾਈਲ ਕਿਸੇ ਵੀ ਪੱਖੋਂ ਨਹੀਂ ਹੈ। 57-58 PT ਦੇ ਓਵਰਆਲ, 52 ਵੀ ਹੈ ਕਿਸੇ 'ਚ, 53 ਵੀ ਹੈ, 62 ਵੀ ਹੈ, ਮਤਲਬ ਓਵਰਆਲ ਬਣਾ ਕੇ 57-58 ਬੰਦੇ ਆ। ਫਿਰ ਜਿਹੜਾ ਆਰਟਸ ਦਾ ਪ੍ਰੋਫਾਈਲ, ਪ੍ਰੋਪਰ ਆਰਟਸ ਦਾ ਜਿਹਦੇ ਕੋਲ ਬੜਾ ਵਧੀਆ ਸਬਜੈਕਟਸ ਨਹੀਂ ਹੈ, ਪੇਂਟਿੰਗ ਪੂੰਟਿੰਗ ਵੀ ਹੈ ਵਿੱਚ, ਪੰਜਾਬ ਬੋਰਡ ਦਾ ਬੱਚਾ, ਆਰਟਸ ਦਾ ਬੱਚਾ, ਹੁਣ ਤੁਸੀਂ ਦੱਸੋ, ਮੈਂ ਤਾਂ ਬਿਲਕੁਲ ਹੀ ਮਨਾ ਕਰਦੀ ਹਾਂ। ਜਿੱਦਾਂ ਕਈ ਵਾਰੀ ਬੱਚੇ ਜਾਣ ਪਛਾਣ ਦੇ ਹੁੰਦੇ ਆ, ਚਲੋ ਮੈਡਮ ਪਾ ਦਿਓ, ਬੜੀ ਮੁਸ਼ਕਲ ਨਾਲ COE ਲਈ ਸੀ, ਉਹਦਾ ਵੀ ਵੀਜ਼ਾ ਜਾ ਗਿਆ। ਅਤੇ ਸਮਟਾਈਮਸ ਇਹ ਆ ਕਿ ਆਸਟ੍ਰੇਲੀਆ 'ਚ ਵੀ ਬਹੁਤ ਅੱਛੇ ਪ੍ਰੋਫਾਈਲ ਵੀ ਚਲੇ ਗਏ ਔਰ ਅੱਛੇ, ਲੇਕਿਨ ਪਿਛਲੇ 2-3 ਦਿਨ ਤੋਂ ਬਹੁਤ ਹਲਚਲ ਹੈ ਮਾਰਕੀਟ 'ਚ, ਵੀਜ਼ਾ ਦੇ ਰਹੇ ਇਸ ਟਾਈਮ, ਈਵਨ ਕਾਲਜਿਸ ਨੂੰ ਵੀ ਦੇ ਰਿਹਾ, ਯੂਨੀਵਰਸਿਟੀਆਂ ਨੂੰ ਵੀ ਦੇ ਰਿਹਾ। ਅਤੇ ਬੱਚਾ ਜਿਹੜਾ, ਮੈਂ ਤੁਹਾਨੂੰ ਹਮੇਸ਼ਾ ਹੀ ਕਹਿੰਦੀ ਹਾਂ ਕਿ ਜਿਹੜਾ ਬੱਚਾ ਨੋਨ ਮੈਡੀਕਲ ਦਾ, ਮੈਡੀਕਲ ਦਾ, ਔਰ ਜਿਹੜੇ ਅੱਛੇ ਬੱਚੇ ਉਹਨਾਂ ਨੇ ਮੇਰੇ ਖਿਆਲ ਆਇਲਸ PT ਵੀ ਕਰ ਲਿਆ। ਜਰਮਨੀ ਮੈਂ ਉਹਨਾਂ ਦੇ ਵਾਸਤੇ ਸਭ ਤੋਂ ਜ਼ਿਆਦਾ ਨੋਨ ਮੈਡੀਕਲ ਵਾਲੇ ਬੱਚਿਆਂ ਨੂੰ IT ਜਾਂ ਇੰਜੀਨੀਅਰਿੰਗ ਵਾਸਤੇ ਮੈਂ ਜਰਮਨੀ ਉਹਨਾਂ ਨੂੰ ਸੁਜੈਸਟ ਕਰਦੀ ਹਾਂ। ਜਿਹੜਾ ਵੀ ਬੱਚਾ ਜਰਮਨ ਜਾਣ ਦਾ ਚਾਹਵਾਨ ਹੈ, ਕੋਈ ਅਸੀਂ ਕੰਸਲਟੈਂਸੀ ਨਹੀਂ ਲੈਂਦੇ ਬਿਫੋਰ, ਕੁਛ ਵੀ ਨਹੀਂ, ਬੱਚਾ ਡਾਇਰੈਕਟਲੀ ਅਪਲਾਈ ਕਰ ਲਏ। ਵੀਜ਼ਾ ਦੀ 100% ਦੀ ਇਹਨਾਂ ਦੀ ਛੋਟ ਹੀ ਦੇ ਰਹੇ ਅਸੀਂ। ਸੈਕਿੰਡ ਆਪਸ਼ਨ, ਜੇ ਯੂਰਪ ਜਾਣਾ, ਫਰਾਂਸ, ਨੀਦਰਲੈਂਡ ਬਹੁਤ ਅੱਛੀ ਕੰਟਰੀ ਹੈ। ਫਰਾਂਸ 'ਚ ਆਇਲਸ ਨਹੀਂ ਚਾਹੀਦੀ, ਨੀਦਰਲੈਂਡ 'ਚ 6 ਬੈਂਡ ਚਾਹੀਦੀ ਹੈ, ਡੈਨਮਾਰਕ, ਇਹ ਸਾਰੀ ਆ ਜਾਂਦੀ ਹੈ। ਫਿਰ ਫਿਨਲੈਂਡ, ਸਪਾਊਸ ਵੀਜ਼ਾ ਅਲਾਊਡ ਹੈ, 31 ਮਈ ਲਾਸਟ ਡੇਟ ਹੈ, ਫਿਨਲੈਂਡ ਬੱਚੇ ਅਪਲਾਈ ਕਰ ਸਕਦੇ ਆ। ਫਿਰ ਆ ਜਾਂਦਾ ਜਿਹੜੀ ਫੇਵਰੇਟ ਕੰਟਰੀ ਆ ਸਟੂਡੈਂਟਸ ਦੀ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਆਇਰਲੈਂਡ। ਆਇਰਲੈਂਡ, ਨਿਊਜ਼ੀਲੈਂਡ ਆਲਮੋਸਟ ਸੇਮ ਹੈ ਕੰਮ ਕਰਨਾ, ਕਿਉਂਕਿ ਉਹਨਾਂ ਨੂੰ 6 ਮਹੀਨੇ ਪੁਰਾਣੇ ਫੰਡ ਚਾਹੀਦੇ ਆ। ਆਇਰਲੈਂਡ ਦਾ ਵੀਜ਼ਾ ਨਿਊਜ਼ੀਲੈਂਡ ਤੋਂ ਕੰਪੈਰੇਟਿਵਲੀ ਬਹੁਤ ਈਜ਼ੀ ਹੈ, ਜੇ ਫਾਈਨੈਂਸ਼ੀਅਲ ਡਾਕੂਮੈਂਟ ਤੁਹਾਡੇ ਠੀਕ ਹੈ। ਜਿੱਦਾਂ ਨਿਊਜ਼ੀਲੈਂਡ 'ਚ ਵੀ ਅੱਜ ਕੱਲ੍ਹ ਦੇਖਣ 'ਚ ਆ ਰਿਹਾ, ਥੋੜ੍ਹਾ ਬਹੁਤ ਵੀਜ਼ਾ ਸਕਸੈਸ ਰੇਟ ਵਿੱਚ ਘੱਟ ਆ ਰਿਹਾ, ਬਟ ਆਇਰਲੈਂਡ 'ਚ ਵੀਜ਼ਾ ਅੱਛਾ ਆ ਰਿਹਾ ਜੇ IT ਦਾ ਬੱਚਾ। ਤੁਸੀਂ ਦੇਖੋ, ਵਰਲਡ ਵਾਈਡ IT ਦੇ ਬੱਚੇ ਦੀ ਬਹੁਤ ਜ਼ਿਆਦਾ ਡਿਮਾਂਡ ਆ, ਕਿਸੇ ਮਰਜ਼ੀ ਕੰਟਰੀ 'ਚ ਤੁਸੀਂ ਚਲੇ ਜਾਓ, IT ਦੇ ਬੱਚਿਆਂ ਦੀ ਬਹੁਤ ਡਿਮਾਂਡ ਹੈ। ਅਤੇ ਮੇਰੀ ਕੋਸ਼ਿਸ਼ ਹੋਏਗੀ, ਜਿਹੜੇ ਨੋਨ ਮੈਡੀਕਲ ਦੇ ਸਟੂਡੈਂਟਸ ਹੈ, ਉਹ STEM ਕੋਰਸਿਸ ਲੈਣ, IT ਲੈਣ, ਨੋਨ ਮੈਡੀਕਲ ਦੇ ਰਿਲੇਟਡ, ਲਾਈਕ ਇੰਜੀਨੀਅਰਿੰਗ ਦਾ ਕੋਈ ਵੀ ਲੈ ਲੈਣ, ਮਕੈਨੀਕਲ ਲੈ ਲੈਣ, ਕੰਸਟਰਕਸ਼ਨ ਲੈ ਲੈਣ, ਇਹ ਕੋਰਸਿਸ ਬਹੁਤ ਅੱਛੇ ਕੋਰਸਿਸ ਆ। ਮੈਡੀਕਲ ਵਾਲੇ ਬੱਚੇ ਹੈਲਥ ਸਾਇੰਸ, ਨਰਸਿੰਗ, ਐਨੀਥਿੰਗ ਦੇ ਕੈਨ ਡੂ। ਹੁਣ ਆ ਗਿਆ ਆਰਟਸ ਵਾਲਾ ਬੱਚਾ ਕੀ ਕਰੇ, ਹੋਸਪਿਟੈਲਿਟੀ, ਟੂਰਿਜ਼ਮ ਉਹਨਾਂ ਦੇ ਵਾਸਤੇ ਬੈਸਟ ਹੈ। ਕਾਮਰਸ ਵਾਲੇ ਵਾਸਤੇ ਬਹੁਤ ਸਾਰੀ ਚੋਇਸ ਆ, ਕਾਮਰਸ ਵਾਸਤੇ ਤਾਂ ਕੋਈ ਗਿਣਤੀ ਨਹੀਂ ਆ, ਦੇ ਡੂ ਹੈਵ ਅ ਲੋਟ ਆਫ ਚੋਇਸਿਸ। ਬਿਲਕੁਲ ਠੀਕ ਹੈ ਜੀ, ਸੋ ਥੈਂਕ ਯੂ ਸੋ ਮੱਚ, ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਵੀਨਾ ਮੈਮ ਨੇ ਸਾਂਝੀ ਕੀਤੀ ਹੈ। ਉਹ ਵਿਦਿਆਰਥੀ ਜਿਨ੍ਹਾਂ ਨੇ ਹੁਣੇ ਹੁਣੇ 10+2 ਕੀਤੀ ਹੈ, ਉਹਨਾਂ ਲਈ ਬਹੁਤ ਸਾਰੀਆਂ ਆਪਸ਼ਨਸ ਦੱਸੀਆਂ ਨੇ ਵੀਨਾ ਮੈਮ ਨੇ, ਆਸਟ੍ਰੇਲੀਆ ਦੀ, ਜਰਮਨੀ ਦੀ, ਕੈਨੇਡਾ ਦੀ, UK ਦੀ। ਔਰ ਸਕਰੀਨ 'ਤੇ ਨੰਬਰ ਹੈ, ਤੁਸੀਂ ਤੁਰੰਤ ਵੀਨਾ ਮੈਮ ਦੇ ਨਾਲ ਗੱਲ ਕਰ ਸਕਦੇ ਹੋ, ਅਪੁਆਇੰਟਮੈਂਟ ਬਣਾ ਕੇ ਮਿਲ ਸਕਦੇ ਹੋ, ਔਰ ਤੁਸੀਂ ਆਇਲਸ ਔਰ PT ਫਿਨਿਸ਼ ਕਰਕੇ ਜਲਦ ਤੋਂ ਜਲਦ ਅਪਲਾਈ ਕਰ ਸਕਦੇ। ਥੈਂਕ ਯੂ ਸੋ ਮੱਚ ਵੀਨਾ। ਥੈਂਕ ਯੂ।